लुधियाना में पुराने शहर को नए हिस्से से जोड़ने वाले जिगराऊं पुल को बंद किए 500 दिन बीत जाने के बावजूद रेलवे द्वारा इसके पुनर्निर्माण को लेकर कार्य ना शुरू किए जाने के रोष प्रूफ लुधियाना वासियों द्वारा मंगलवार सुबह एक अलग ही अंदाज से प्रदर्शन का रोष मार्च निकाला गया। लुधियाना वासियों ने रखबक से बैंड बाजों व लड्डुओं के साथ हाथों में बैनर पकड़े हुए रेलवे की इंजीनियरिंग शाखा तक रोज मार्च निकाला। यहां पर असिस्टेंट डिविजनल इंजीनियर डीएस सिद्धू के कराले में मौजूद ना होने के कारण उन्होंने उनकी कुर्सी को ही अपना ज्ञापन व लड्डू भेंट कर दिए। मैं पिछले 40 दिन तो मैं अपने दोनों बच्चों नू नाल लेके जगरावां पुल ते एक घंटा मतलब रोज झाड़ू की सेवा करदा हां अंडर प्रोटेस्ट विरोध करदे हां सरकार दी जिहड़ी नलायकी दा ओदे करके असीं रोज एक घंटा बिना नागा असीं पिछले 40 दिनां तों लगातार झाड़ू ला रहे हैं और पुल नूं तां कि लोग जाग सकन लोग अगे आउणगे तां सरकार जागूगी बिना लोकां दे कुछ नहीं हुंदा। ਕਹਿੰਦੇ ਕਿ ਅਸੀਂ 365 ਦਿਨਾਂ ਦੇ ਅੰਦਰ ਇਹਨੂੰ ਚਾਲੂ ਕਰ ਦਾਂਗੇ ਬਟ ਅਲਟੀਮੇਟਲੀ ਉਹ ਅੱਜ ਇਸ ਮਹੀਨੇ ਦੇ ਐਂਡ ਤੇ 500 ਦਿਨ ਹੋ ਜਾਣੇ। ਰੇਲਵੇ ਨੇ 8 ਮਹੀਨੇ ਲਾਏ ਆ ਸਰ ਇਹਦਾ ਡਿਜ਼ਾਈਨ ਬਣਾਉਣ ਨੂੰ ਪਹਿਲਾਂ ਔਰ ਐਸਟੀਮੇਟ ਦੇਣ ਨੂੰ, ਹੁਣ 3 ਮਹੀਨੇ ਹੋ ਗਏ ਪੇਮੈਂਟ ਦਿੱਤੀ ਹੋਈ ਨੂੰ। ਇਹ ਜਿਹੜੀ ਵੀ ਫਾਈਲ ਚਾਹੇ ਜਗਰਾਓਂ ਬ੍ਰਿਜ ਹੋਵੇ ਚਾਹੇ ਰੇਲਵੇ ਦੇ ਜਿੰਨੇ ਵੀ ਬ੍ਰਿਜ ਹੈਗੇ ਰੇਲਵੇ ਉੱਥੇ ਲੈ ਕੇ ਦਿੱਲੀ ਸੋ ਜਾਂਦੇ ਆ। ਅਸੀਂ ਇੱਥੋਂ ਉਪਰਾਲਾ ਕੀਤਾ ਵਾ ਕਿ ਇਹਨਾਂ ਨੂੰ ਮੈਸੇਜ ਪਹੁੰਚੇ ਕਿ ਰੇਲਵੇ ਕੋਈ ਇੰਨੀ ਵਧੀਆ ਤਰੀਕੇ ਨਾਲ ਇੰਜੀਨੀਅਰਿੰਗ ਬ੍ਰਾਂਚ ਕੰਮ ਨਹੀਂ ਕਰ ਰਹੀ ਹੈਗੀ, ਜੇ ਕਰਨ ਤੇ ਬੜੀ ਜਲਦੀ ਜਗਰਾਓਂ ਪੁਲ ਬਣ ਸਕਦਾ। ਸਰ ਸਾਰੀ ਇੰਡਸਟਰੀ ਜਿਹੜੀ ਹੈਗੀ ਆ ਉਹ ਸ਼ਹਿਰ ਜਗਰਾਓਂ ਪੁਲ ਦੇ ਦੂਜੇ ਪਾਸੇ ਔਰ ਉਹਨਾਂ ਦੇ ਰੈਜੀਡੈਂਟ ਇਧਰਲੇ ਪਾਸੇ ਰੈਜੀਡੈਂਸ ਉਸ ਰੋਜ਼ ਟਰੈਵਲ ਕਰਦੇ ਆ ਔਰ ਰੋਜ਼ ਸਫ਼ਰ ਕਰਦੇ ਉਸ ਚੀਜ਼ ਨੂੰ ਔਰ ਕਿੰਨਾ ਹੀ ਦੇਸ਼ ਦਾ ਪੈਟਰੋਲ ਦਾ ਡੀਜ਼ਲ ਦਾ ਨੁਕਸਾਨ ਹੋ ਰਿਹਾ ਵਾ। ਕੀ ਕਾਰਨ ਹੈ ਕਿਉਂ ਨਹੀਂ ਬਣਾ ਰਹੇ ਰੇਲਵੇ? ਰੇਲਵੇ ਦਾ ਸੁਸਤਪਨ ਸਭ ਤੋਂ ਵੱਡਾ ਕਾਰਨ ਹੈ ਸਰ। ਹਰ ਚੀਜ਼ ਨੂੰ ਫਾਈਲ ਨੂੰ ਸਾਨੂੰ 2 ਮਹੀਨੇ ਪਹਿਲਾਂ ਇਹਨਾਂ ਨੇ ਮੈਸੇਜ ਦਿੱਤਾ ਸੀਗਾ ਕਿ ਜੀ ਤੁਹਾਡੀ ਫਾਈਲ ਅਸੀਂ ਅਪਰੂਵ ਕਰਤੀ, ਉਸ ਤੋਂ ਬਾਅਦ ਵੀ ਸਰ ਟੈਂਡਰ ਲਈ ਔਰ ਉਹਦੇ ਲਈ ਕਿਹੜਾ ਇੰਜੀਨੀਅਰ ਸਿਲੈਕਟ ਕੀਤਾ, ਅਜੇ ਤੱਕ ਇੰਜੀਨੀਅਰ ਸਿਲੈਕਟ ਨਹੀਂ ਹੋਇਆ। ਪਹਿਲਾਂ ਤਾਂ ਇਹਨਾਂ ਨੇ ਡਿਜ਼ਾਈਨ ਨਹੀਂ ਬਣਾ ਕੇ ਦਿੱਤਾ, ਰੇਲਵੇ ਵਾਲਿਆਂ ਨੇ 8 ਮਹੀਨੇ ਲਗਾ ਤੇ। ਉਸ ਤੋਂ ਬਾਅਦ ਜੇ ਡਿਜ਼ਾਈਨ ਪਾਸ ਹੋ ਗਿਆ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਹਾਫ ਪੇਮੈਂਟ ਅਸੀਂ ਬੀਅਰ ਕਰਾਂਗੇ, ਹਾਫ ਲੁਧਿਆਣਾ ਮਿਊਂਸਪਲ ਕਾਰਪੋਰੇਸ਼ਨ ਕਰੇ। ਉਸ ਤੋਂ ਵੀ ਮੁਕਰ ਕੇ ਫਿਰ ਕਹਿੰਦੇ ਜੀ ਪੂਰੀ ਮਿਊਂਸਪਲ ਕਾਰਪੋਰੇਸ਼ਨ ਪੈਸੇ ਪੇਮੈਂਟ ਕਰੇ, ਉਹ ਵੀ ਜਮ੍ਹਾਂ ਕਰਵਾਤੇ, 3 ਮਹੀਨੇ ਹੋ ਗਏ। ਉਸ ਤੋਂ ਬਾਅਦ ਹਾਲੇ ਤੱਕ ਟੈਂਡਰ ਵੀ ਫਲੋਟ ਨਹੀਂ ਹੋਏ, ਮਤਲਬ ਪੂਰਾ ਦਾ ਪੂਰਾ ਜਿਹੜਾ ਓਲਡ ਸਿਟੀ ਹੈ ਨਵੇਂ ਸਿਟੀ ਨੂੰ ਕਨੈਕਟ ਕਰਦਾ ਇਸ ਪੁਲ ਰਾਹੀਂ। ਰੇਲਵੇ ਪ੍ਰਸ਼ਾਸਨ ਕਿੰਨਾ ਲੈ ਕੇ ਆ ਰਹੀ ਹੈ ਸਾਹਮਣੇ? ਸੁਸਤੀ ਹੈ ਜੀ, ਮਤਲਬ ਇਹਨਾਂ ਨੂੰ ਜਨਤਾ ਦੀ ਪਰੇਸ਼ਾਨੀ ਦਾ ਕੋਈ ਇਲਮ ਹੀ ਨਹੀਂ ਹੈਗਾ ਕਿ ਜਨਤਾ ਕਿੰਨੀ ਪਰੇਸ਼ਾਨ ਹੈ। ਪੂਰਾ ਦਾ ਪੂਰਾ ਟ੍ਰੈਫਿਕ ਤਕਰੀਬਨ ਨਵਾਂ ਸ਼ਹਿਰ ਪੁਰਾਣੇ ਸ਼ਹਿਰ ਨੂੰ ਜੋੜਦਾ ਔਰ ਡੇਲੀ ਅਪ ਡਾਊਨ ਹੁੰਦਾ, ਉੱਥੇ ਇੱਕ ਪੋਰਸ਼ਨ ਦੇ ਉੱਤੇ ਪੂਰਾ ਭਾਰ ਪੈ ਗਿਆ ਔਰ ਉੱਥੇ ਡੇਲੀ ਟ੍ਰੈਫਿਕ ਜਾਮ ਲੱਗਦਾ, ਬੁਰਾ ਹਾਲ ਹੁੰਦਾ। ਰੇਲਵੇ ਨੂੰ ਇਹਦੀ ਬਿਲਕੁਲ ਵੀ ਪਰਵਾਹ ਨਹੀਂ ਹੈ। ਬਤਾ ਦੇ ਕਿ ਸਾਲ 1888 ਮੇ अंग्रेजों द्वारा बनाए गए जगराओं पुल को जुलाई 2016 में रेलवे द्वारा असुरक्षित करार देते हुए बंद कर दिया गया था। लुधियाना से जागृति लहर के लिए बलराज खन्ना की रिपोर्ट।